Morning, grade 9th. I hope you all are well and fit and fine at your home. Class, असी chapter कर रहे हैं पुलाड़ परी कल्पना चावला. बच्चे half chapter जो असी read पहले lecture विच कर लिया है, आज दे lecture विच असी अगला जो है chapter complete पढ़ लांगे. बच्चे कल्पना दी जीवन बारी तुहानू जानकारी दिती जा रही है, जिथे उसने अपने निक्के हुंदे तो ही चौथी जमात तो ही एक स्पेस शटल बना के अपना सपना साकार करन दी कोशिश करदे हैं। एक दिन उस स्पेस विच जान विच कामयाब हो गई. तो बच्चे कल्पना छोटे कद दी उत्साही निडर अते बहादुर कुड़ी सी. वो दृढ़ इरादे वाली मेहनती अते जागरूक सी. ओह मुंडे ते कुड़ियां दे लिंग भेद नूं नहीं मनती सी. उस विच नुमाइंदगी करन दी काबिलियत सी. इसलिए उस नूं एस्ट्रो सोसाइटी दी सकत्तर चुन लिया गया सी. ओह कुड़ियां नूं उच्च सिक्ख्या देण दे हक विच सी. ਉਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦੀ ਸੀ ਜੋ ਆਪਣੀਆਂ ਧੀਆਂ ਨੂੰ ਕਾਲਜ ਭੇਜਣ ਤੋਂ ਇਨਕਾਰ ਕਰਦੇ ਸੀ. ਉਹ ਸੋਚਦੀ ਸੀ ਕਿ ਔਰਤ ਸਿਰਫ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੋ ਕੇ ਹੀ ਨਹੀਂ ਰਹਿ ਜਾਵੇਗੀ. ਉਸ ਨੂੰ ਘਰ ਤੋਂ ਬਾਹਰ ਆ ਕੇ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ. ਔਰਤ ਪੜ੍ਹੇਗੀ ਨਹੀਂ ਤਾਂ ਸਮਾਜ ਵਿੱਚ ਤਬਦੀਲੀ ਕਿਵੇਂ ਆਏਗੀ? ਠੀਕ ਹੈ ਬੱਚੇ. 1982 ਵਿੱਚ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਨੇ ਉਸ ਨੂੰ ਮਾਸਟਰ ਇਨ ਐਰੋਨਾਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਚੁਣ ਲਿਆ. ਮਾਤਾ ਪਿਤਾ ਚਾਹੁੰਦੇ ਸਨ ਉਹ ਇੱਥੇ ਰਹਿ ਕੇ ਮਾਸਟਰ ਡਿਗਰੀ ਕਰ ਲਵੇ. ਇਸ ਵਾਰ ਕਲਪਨਾ ਨੇ ਬੜੀ ਜੱਦੋਜਹਿਦ ਕਰਕੇ ਆਪਣੇ ਮਾਤਾ ਪਿਤਾ ਨੂੰ ਰਾਜ਼ੀ ਕੀਤਾ. 1982 ਵਿੱਚ ਉਹ ਅਮਰੀਕਾ ਚਲੇ ਗਈ. 1984 ਵਿੱਚ ਯੂਨੀਵਰਸਿਟੀ ਆਫ ਟੈਕਸਾਸ ਆਰਲਿੰਗਟਨ ਤੋਂ ਐਰੋਸਪੇਸ ਇੰਜੀਨੀਅਰਿੰਗ ਦੀ SS ਦੀ ਪੜ੍ਹਾਈ ਪੂਰੀ ਕੀਤੀ ਅਤੇ 1988 ਵਿੱਚ ਉਸਨੇ ਯੂਨੀਵਰਸਿਟੀ ਆਫ ਕੋਲੋਰੇਡੋ ਬੋਲਦਰ ਤੋਂ ਆਪਣੀ ਦੂਜੀ ਮਾਸਟਰ ਡਿਗਰੀ ਅਤੇ PhD ਡਿਗਰੀ ਪ੍ਰਾਪਤ ਕੀਤੀ. ਇਸੇ ਦੌਰਾਨ ਉਸਦੀ ਮਿੱਤਰਤਾ ਫਰਾਂਸੀਸੀ ਨੌਜਵਾਨ ਜੀਨ ਪੀਅਰਸ ਹੈਰੀਸਨ ਨਾਲ ਹੋ ਗਈ. ਬੱਚੇ ਇਸ ਨੂੰ ਯਾਦ ਰੱਖਣਾ ਕਿ ਉਸਦੇ ਜਿਹੜੇ ਪਤੀ ਦਾ ਨਾਮ ਜੀਨ ਪੀਅਰਸਨ ਹੈਰੀਸਨ ਸੀ ਜੋ ਕਾਫੀ ਸਾਲਾਂ ਤੋਂ ਅਮਰੀਕਾ 'ਤੇ ਰਹਿ ਰਿਹਾ ਸੀ. ਉਹ ਕਿੱਤੇ ਵਜੋਂ ਇੱਕ ਫਲਾਇੰਗ ਇੰਸਟ੍ਰਕਟਰ ਸੀ. ਦੋਵਾਂ ਦੀਆਂ ਰੁਚੀਆਂ ਅਤੇ ਮਾਨਸਿਕ ਪੱਧਰ ਇੱਕ ਹੋਣ ਕਰਕੇ ਇਹ ਸੰਬੰਧ ਵਿਆਹ ਵਿੱਚ ਤਬਦੀਲ ਹੋ ਗਏ. ਕਲਪਨਾ 1988 ਵਿੱਚ ਕਲਪਨਾ ਨੇ ਨਾਸਾ ਦਾ ਨੈਸ਼ਨਲ ਐਰੋਟਿਕਲ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ. ਇੱਥੇ ਉਸ ਨੂੰ ਸਾਰੇ KC ਦੇ ਨਾਂ ਨਾਲ ਬੁਲਾਉਂਦੇ ਸਨ. ਉਹ ਪ੍ਰਮਾਣਿਤ ਫਲਾਈਟ ਇੰਸਟ੍ਰਕਟਰ ਸੀ. ਉਸਨੇ ਏਅਰਕ੍ਰਾਫਟ ਅਤੇ ਗਲਾਈਡਰ ਉਡਾਏ. ਉਸ ਕੋਲੋਂ ਇੱਕ ਐਰੇ ਇੰਜਨ, ਬਹੁ ਇੰਜਨ, ਹਾਈਡਰੋ ਪਲੇਟ ਅਤੇ ਗਲਾਈਡਰ ਉਡਾਉਣ ਲਈ ਵਪਾਰਕ ਪਾਇਲਟ ਦਾ ਲਾਇਸੈਂਸ ਸੀ. ਉਸਨੇ ਐਰੋਸਪੇਸ ਨਾਲ ਸੰਬੰਧਿਤ ਕਈ ਡਿਗਰੀਆਂ ਹਾਸਲ ਕਰ ਲਈਆਂ ਸਨ. 1993 ਵਿੱਚ ਕਲਪਨਾ ਨਾਸਾ ਵਿੱਚ ਓਵਰ ਮੈਥਡਸ ਇੰਕ ਨਾਮੀ ਮਿਸ਼ਨ ਦੇ ਵਾਈਸ ਪ੍ਰੈਜੀਡੈਂਟ ਅਤੇ ਖੋਜੀ ਵਿਗਿਆਨੀ ਵਜੋਂ ਚੁਣੀ ਗਈ. ਉਸ ਦੀ ਜ਼ਿੰਮੇਵਾਰੀ ਤਰਲ ਪਦਾਰਥਾਂ ਦੀ ਦੇ ਗਤੀ ਵਿਗਿਆਨ, ਧਰਤੀ ਤੋਂ ਸਿੱਧੀ ਚੜ੍ਹਾਈ ਅਤੇ ਉਤਰਾਈ ਨਾਲ ਸੰਬੰਧਿਤ ਤਕਨੀਕ ਤਿਆਰ ਕਰਨਾ ਅਤੇ ਉਸਨੂੰ ਲਾਗੂ ਕਰਨਾ ਸੀ. ਪੁਲਾੜ ਵਿੱਚ ਗੁਰਤਾ ਬਲ ਦੀ ਕਮੀ ਦੇ ਕਾਰਨ ਮਨੁੱਖੀ ਸਰੀਰ ਦੇ ਅੰਗ ਆਪਣੇ ਆਪ ਕਿਰਿਆਸ਼ੀਲ ਹੋਣ ਲੱਗ ਜਾਂਦੇ ਹਨ. ਕਲਪਨਾ ਦੀ ਜ਼ਿੰਮੇਵਾਰੀ ਵਿੱਚ ਉਹਨਾਂ ਕਿਰਿਆਵਾਂ ਦਾ ਅਧਿਐਨ ਕਰਨਾ ਸ਼ਾਮਿਲ ਸੀ ਜਿੱਥੇ ਰਹਿ ਕੇ ਹੀ ਕਲਪਨਾ ਨੇ ਧਰਤੀ ਤੋਂ ਸਿੱਧੀ ਚੜ੍ਹਾਈ ਅਤੇ ਉਤਰਾਈ ਨਾਲ ਸੰਬੰਧਿਤ ਕੰਮ ਕੀਤਾ. ਇਸ ਤਰ੍ਹਾਂ 1995 ਤੱਕ ਉਹ ਨਾਸਾ ਦੇ ਐਸਟ੍ਰੋਨੋਟ ਕੋਪਰਸ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੀ ਸੀ. 1996 ਵਿੱਚ
ਉਹ ਆਪਣੇ ਜੀਵਨ ਦੇ ਪਹਿਲੇ ਧਰਤੀ ਦੁਆਲੇ ਯਾਤਰਾ ਮਿਸ਼ਨ ਵਿੱਚ ਸਪੇਸ ਸ਼ਟਲ ਦੇ ਮਹੱਤਵਪੂਰਨ ਮੈਂਬਰ ਵਜੋਂ ਚੁਣੀ ਗਈ। ਇਹ ਮਿਸ਼ਨ STS 87 19 ਨਵੰਬਰ 1997 ਨੂੰ ਸ਼ੁਰੂ ਹੋਇਆ। ਇਸ ਮਿਸ਼ਨ ਦਾ ਉਦੇਸ਼ ਪੁਲਾੜ ਵਿੱਚ ਇੱਕ ਸਪਾਰਟਨ ਸੈਟੇਲਾਈਟ ਨਾਂ ਦੇ ਉਪਗ੍ਰਹਿ ਨੂੰ ਗ੍ਰਹਿ ਪੰਥ 'ਤੇ ਪਾਉਣਾ ਸੀ। ਇਸੇ ਸਾਲ ਭਾਰਤ ਆਪਣੀ ਆਜ਼ਾਦੀ ਦੀ 50ਵੀਂ ਗਰੇਵੰਡ ਗੋਲਡਨ ਜੁਬਲੀ ਮਨਾ ਰਿਹਾ ਸੀ। ਇਸ ਯਾਤਰਾ ਦੌਰਾਨ ਕਲਪਨਾ ਬਹੁਤ ਖੁਸ਼ ਸੀ। ਉਸਨੇ ਪੁਲਾੜ ਵਿੱਚੋਂ ਹੀ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਨਾਲ ਗੱਲ ਕੀਤੀ ਸੀ। ਉਸਨੇ ਹਰ ਭਾਰਤੀ ਨਾਗਰਿਕ ਦੇ ਨਾਂ ਸੰਦੇਸ਼ ਲਿਖਿਆ, ਜੇ ਤੁਸੀਂ ਬਿਨਾਂ ਕਿਸੇ ਉਦੇਸ਼ ਅਤੇ ਲਗਾਓ ਦੇ ਕੰਮ ਕਰਦੇ ਹੋ ਤਾਂ ਤੁਹਾਨੂੰ ਆਨੰਦ ਨਹੀਂ ਆਏਗਾ। ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਕਰੋ ਕਿਉਂਕਿ ਉਹ ਤੁਹਾਡੀ ਅੰਤਰ ਆਤਮਾ ਨੂੰ ਪਸੰਦ ਹੈ। ਯਾਦ ਰਹੇ, ਤੁਸੀਂ ਜਦੋਂ ਤੁਸੀਂ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਵੋਗੇ ਤਾਂ ਹੀ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਕਾਮਯਾਬ ਹੋਵੋਗੇ। ਇਸ ਫੇਰੀ ਤੋਂ ਬਾਅਦ ਕਲਪਨਾ ਪੁਲਾੜ ਵਿੱਚ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਅਤੇ ਦੂਜੇ ਭਾਰਤੀ ਹੋਣ ਦਾ ਮਾਣ ਹਾਸਲ ਕਰ ਚੁੱਕੀ ਸੀ। ਇਸ ਦਾ ਜਸ਼ਨ ਪੂਰੀ ਦੁਨੀਆ ਵਿੱਚ ਮਨਾਇਆ ਗਿਆ। ਇਸ ਤੋਂ ਪਹਿਲਾਂ ਰਾਕੇਸ਼ ਕੁਮਾਰ 1984 ਵਿੱਚ ਪੁਲਾੜ ਜਾ ਚੁੱਕਾ ਸੀ। ਇਸ ਮਿਸ਼ਨ ਤੋਂ ਬਾਅਦ ਕਲਪਨਾ ਨੂੰ ਇੱਕ ਤਕਨੀਕੀ ਮਾਹਰ ਦਾ ਰੁਤਬਾ ਮਿਲ ਗਿਆ ਸੀ। ਆਪਣੇ ਕੰਮ ਵਿੱਚ ਮਿਹਨਤ ਅਤੇ ਲਗਨ ਸਦਕਾ ਉਸਨੂੰ ਇੱਕ ਵੱਖਰੀ ਪਛਾਣ ਮਿਲ ਗਈ ਸੀ। ਕਲਪਨਾ ਨੇ ਇਸ ਮਿਸ਼ਨ ਦੌਰਾਨ ਅਨੁਭਵ ਬਾਰੇ ਦੱਸਦੇ ਹੋਏ ਕਿਹਾ ਕਿ ਜਦੋਂ ਮੈਂ ਉੱਤੇ ਸਾਂ, ਮੈਨੂੰ ਮਹਿਸੂਸ ਹੋਇਆ ਕਿ ਮੈਂ ਧਰਤੀ ਦੇ ਕਿਸੇ ਖਾਸ ਹਿੱਸੇ ਤੋਂ ਨਹੀਂ ਆਈ ਹਾਂ, ਬਲਕਿ ਮੈਨੂੰ ਲੱਗਦਾ ਸੀ ਕਿ ਮੈਂ ਉਸ ਤਾਰਿਆਂ ਦੀ ਦੁਨੀਆ ਵਿੱਚ ਰਹਿਣ ਵਾਲੀ ਹਾਂ। ਸੰਨ 2000 ਵਿੱਚ ਕਲਪਨਾ ਨੂੰ ਦੁਬਾਰਾ ਉਡਾਨ ਮਿਸ਼ਨ, ਜਿਸ ਦਾ ਨਾਂ STS 107 ਸੀ, ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਸ ਮਿਸ਼ਨ ਵਿੱਚ ਕਲਪਨਾ ਨੂੰ ਉਪਰੋਕਤ ਸੂਖਮ ਗੁਰਤਾ ਸ਼ਕਤੀ ਪ੍ਰਯੋਗ ਨਾਲ ਸੰਬੰਧਿਤ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ। ਇਸ ਮਿਸ਼ਨ ਦਾ ਉਦੇਸ਼ ਧਰਤੀ ਅਤੇ ਪੁਲਾੜ ਵਿਗਿਆਨੀ ਅਧਿਐਨ ਦਾ ਵਿਸਥਾਰਪੂਰਵਕ ਖੋਜ ਕਾਰਜ ਕਰਨਾ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਮਿਸ਼ਨ ਵਾਰ ਵਾਰ ਰੱਦ ਹੁੰਦਾ ਰਿਹਾ। 16 ਜਨਵਰੀ 2003 ਨੂੰ ਕਲਪਨਾ ਇੱਕ ਵਾਰ ਫਿਰ ਮਿਸ਼ਨ STS 107 ਦੇ ਕੰਮ ਨੂੰ ਪੂਰਾ ਕਰਨ ਲਈ ਕੋਲੰਬੀਆ ਨਾਂ ਦੇ ਪੁਲਾੜੀ ਜਹਾਜ਼ ਦੀ ਮਹੱਤਵਪੂਰਨ ਮੈਂਬਰ ਵਜੋਂ ਖਲਾ ਵਿੱਚ ਪਹੁੰਚ ਗਈ। ਦੂਜੀ ਵਾਰ ਪੁਲਾੜ ਵਿੱਚ ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ, ਇੱਕ ਵਾਰ ਫਿਰ ਪੁਲਾੜ ਵਿੱਚ ਜਾਣਾ ਇੱਕ ਸੁਪਨੇ ਦੀ ਤਰ੍ਹਾਂ ਹੈ, ਇਹ ਇੱਕ ਸੁਖਾਵਾਂ ਅਨੁਭਵ ਹੈ। ਇਸ ਮਿਸ਼ਨ ਵਿੱਚ ਕਲਪਨਾ ਨੂੰ ਆਧੁਨਿਕ ਟੈਕਨੋਲੋਜੀ ਵਿਕਾਸ, ਪੁਲਾੜ ਯਾਤਰੀ ਸਿਹਤ ਅਤੇ ਸੁਰੱਖਿਆ, ਧਰਤੀ ਅਤੇ ਪੁਲਾੜ ਵਿਗਿਆਨ ਅਧਿਐਨ ਦੇ ਨਾਲ ਨਾਲ ਸੂਖਮ ਗੁਰਤਾ ਸ਼ਕਤੀ ਨਾਲ ਸੰਬੰਧਿਤ ਜ਼ਿੰਮੇਵਾਰੀ ਦਿੱਤੀ ਗਈ। ਕਲਪਨਾ ਅਤੇ ਉਸਦੇ ਸਾਥੀ ਵਿਗਿਆਨੀਆਂ ਨੇ ਮਿਲ ਕੇ ਮਨੁੱਖੀ ਸਰੀਰ ਉੱਤੇ ਅੰਤਰਿਕਸ਼ ਦਾ ਪ੍ਰਭਾਵ, ਕੈਂਸਰ ਕੋਸ਼ਿਕਾਵਾਂ ਦੀ ਸਮੀਖਿਆ, ਕੀਟ ਪਤੰਗਿਆਂ ਉੱਤੇ ਭਾਰਹੀਨਤਾ ਪ੍ਰਭਾਵ ਅਤੇ ਬ੍ਰਹਿਮੰਡ ਦੇ ਹੋਰ ਰਹੱਸਾਂ ਦੀ ਜਾਣਕਾਰੀ ਨਾਲ ਸੰਬੰਧਿਤ ਤਕਨੀਕ ਤਕਰੀਬਨ 80 ਪ੍ਰਯੋਗ ਕੀਤੇ। ਇਸ ਮਿਸ਼ਨ ਵਿੱਚ ਕਲਪਨਾ ਨੇ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਈ। 16 ਦਿਨ ਪੁਲਾੜ ਵਿੱਚ ਰਹਿਣ ਤੋਂ ਬਾਅਦ 1 ਫਰਵਰੀ 2003 ਨੂੰ ਆਪਣੇ ਜਿੰਮੇ ਲੱਗੇ ਕੰਮ ਨੂੰ ਪੂਰਾ ਕਰਕੇ ਕਲਪਨਾ ਚਾਵਲਾ ਆਪਣੇ ਸਾਥੀ ਵਿਗਿਆਨੀਆਂ ਨਾਲ ਧਰਤੀ ਵੱਲ ਵਾਪਸ ਪਰਤ ਰਹੀ ਸੀ। ਆਖਰੀ 16 ਮਿੰਟ ਬਹੁਤ ਘਾਤਕ ਸਿੱਧ ਹੋਏ। ਧਰਤੀ ਬ੍ਰਹਿਮੰਡ ਵਿੱਚ ਠੀਕ ਦਾਖਲ ਹੋਣ ਤੋਂ ਸਿਰਫ 16 ਮਿੰਟ ਪਹਿਲਾਂ ਸਭ ਕੁਝ ਠੀਕ ਲੱਗ ਰਿਹਾ ਸੀ, ਪਰ ਅਚਾਨਕ ਕੀ ਹੋਇਆ? ਕਿਸੇ ਨੂੰ ਕੁਝ ਨਹੀਂ ਸਮਝ ਆ ਰਿਹਾ ਸੀ। ਕੰਟਰੋਲ ਰੂਮ ਵੱਲੋਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਬਲਕਿ ਕਈ ਵਾਰ ਕੋਲੰਬੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ
अंतरिक्ष की खामोशी नू कंट्रोल रूम की कोई आवाज़ तोड़न विच नाकामयाब रही। धरती दे वाजू मंडल विच दाखल होन समय जहाज की रफ्तार अते तापमान गुरता शक्ति कारण वध जांदा है, इसलिए यह समा संकट भरिया हुंदा है। भारतीय मूल की कल्पना चावला समेत सत पुलाड़ विज्ञानियों नू लै के मिशन उत्ते गए कोलंबिया यान दे मुसीबत विच फसन दे सबूत मिल गए सन। कंट्रोल रूम विच बैठे लोग बिल्कुल पेशेवर लोगों की तरह शांत सन, पर हुन पुलाड़ी जहाज की चुप्पी उन्हां सबना ते भारी पै रही सी। कैलिफोर्निया, टेक्सास अते आर्कनसास तो माहर निगराना दे संदेश आ रहे सन कि उन्होंने तेज रोशनी वेखी जो टुटे हुए मलबे चो निकलदी जापदी सी। कंट्रोल रूम विच बैठे माहर लोग जान दे संदेश पढ़न विच लगे सन कि अचानक जान दा तापमान बहुत ज्यादा वध गया अते उस तो बाद चुप पसर गए। रेडियो खामोश सी, स्क्रीन उते कोई हलचल नहीं सी ते ना ही कोई उम्मीद बची सी। 1 फरवरी 2003 नू शाम 7:30 बजे एक धमाके नाल ही ए पुलाड़ जहाज तबाह हो गया। इस दे नाल ही कल्पना चावला अते 6 होर पुलाड़ विज्ञानी खला विच अपेद हो गए। वेखदे खुशी का माहौल मातम विच बदल चुका सी। अमरीका ने अपना झंडा चुका दिता सी। कल्पना दे परिवार लई ए सदमा असह सी। पूरा संसार इस हादसे विच गमगीन सी। देशां विदेशां तो मुखियां दे सोग संदेश आ लगे। कल्पना ने खुद एक बारी कहा सी, जदों भी मेरे मरण दा समा आएगा मैं पुलाड़ विच ही मरना पसंद करूंगी। उस दी अचनचेत कही गल सब नू चेते आ रही सी। कोलंबिया शटल दा मलबा लुसियाना अते टेक्सास दे इलाके विच फैल गया। इस दे कुछ टुकड़े ही मिल सके सन। मरण उपरांत कल्पना नू कांग्रेशनल स्पेस मेडल, नासा स्पेस फ्लाइट मेडल, नासा डिस्टिंग्विश सर्विस मेडल मिले। कल्पना दे सम्मान विच राष्ट्रीय ते अंतरराष्ट्रीय पद्धर ते बहुत सारे इनाम अते संस्थावां दी स्थापना कीती गई। यूनिवर्सिटी ऑफ कोलोरेडो ने 1983 तो दिते जा रहे आउटस्टैंडिंग रीसेट एलुमिनी अवार्ड का नाम हुण कल्पना चावला अवार्ड रख दिता है। करनाल विच कल्पना चावला मेडिकल कॉलेज की स्थापना की गई है। हुण हरियाणा सरकार वालों कुरुक्षेत्र विच कल्पना चावला तारा मंडल की स्थापना की गई है। इस तरह देशां विदेशां तो बहुत सारे सम्मान उसनू मिले हैं। कल्पना दी करनाल तो पुलाड़ तक दी यात्रा हमेशा साडे जहन विच ताजा रहेगी। पुलाड़ वासी कल्पना चावला हुण कदे वापस नहीं परतेगी, पर भारत अदुती अते होनहार बेटी उते सदा फकर करदा रहेगा। नौजवान पीढ़ी उस तो प्रेरणा लैके अगे वधन दा यतन करदी रहेगी। सो बच्चे ए तुहाडा चैप्टर है। आई होप तुहानू सब नू चंगी तरह समझ आ गया होगा ते तुसी उस दे प्रेरणादायक जीवन तो प्रेरणा लैके कुछ ना कुछ जरूर सीखोगे ता जो तुसी भी किसी ना किसी मुकाम ते पहुंच सको। थैंक यू, हैव ए नाइस डे।